ਆਪਣੀ ਪੰਜਾਬ ਫੇਰੀ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਇਲਾਹੀ ਬਾਣੀ ਸਰਵਣ ਕੀਤੀ। ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ ਗਏ ਮਾਰਗ ਉੱਤੇ ਚੱਲਣ ਦੀ ਲੋੜ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਨਿਤਿਸ਼ ਕੁਮਾਰ ਸੁਲਤਾਨਪੁਰ ਲੋਧੀ ਪਹੁੰਚੇ ਸਨ। ਇੱਥੇ ਉਹ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਸਨ। ਮੱਥਾ ਟੇਕ ਕੇ ਆਏ ਹੈ ਔਰ ਹਮ ਲੋਗੋਂ ਕੀ ਬੜੀ ਸ਼ਰਧਾ ਹੈ ਔਰ ਜੋ ਇਨਕਾ ਉਪਦੇਸ਼ ਹੈ ਉਹ ਸਭ ਕੋ ਸਮਝਨੇ ਔਰ ਧਿਆਨ ਦੇਣੇ ਕੀ ਬਾਤ ਹੈ। ਸਮਾਜ ਕੇ ਹਰ ਤਬਕੇ ਮੇਂ ਪ੍ਰੇਮ ਕਾ ਭਾਵ ਹੋ, ਇੱਕ ਦੂਸਰੇ ਕੇ ਪ੍ਰਤੀ ਸਨਮਾਨ ਕਾ ਭਾਵ ਹੋ, ਇਹ ਬਹੁਤ ਬੜੀ ਚੀਜ਼ ਹੈ। ਤੋ ਹਮ ਸਭ ਤੋਂ ਮੱਥਾ ਟੇਕਣੇ ਆਏ ਹੈ ਔਰ ਯਹੀ ਚਾਹਤੇ ਹੈ कि पूरे देश में शांति रहे, सद्भाव रहे, हमारा बिहार भी आगे बढ़े, तो यही सब कामना को लेकर यहां पर मत्था टेकने के लिए आए हूं। इस मौके श्रोमणी अकाली दल दे कई सीनियर आगू अते श्रोमणी गुरुद्वारा प्रबंधक कमेटी दे प्रधान भाई गोबिंद सिंह लोंगोवाल भी विशेष तौर पर मौजूद रहे। आज बिहार के मुख्यमंत्री नीतीश कुमार जी और पहला सुल्तानपुर लोधी ਉੱਥੇ ਗਏ ਸੀ, ਗੁਰਦੁਆਰਾ ਬੇਰ ਸਾਹਿਬ ਨਤਮਸਤਕ ਹੋਏ ਨੇ। ਉਹ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਉਹਨਾਂ ਦੀ ਅੱਜ ਇਹ ਜੋ ਬੜੇ ਸ਼ਰਧਾਲੂ ਦੇ ਤੌਰ 'ਤੇ ਦਰਸ਼ਨ ਕਰਨ ਵਾਸਤੇ ਇੱਥੇ ਪਹੁੰਚੇ ਨੇ, ਕਿਉਂਕਿ ਨਿਤੀਸ਼ ਕੁਮਾਰ ਜੀ ਦਾ ਸਿੱਖ ਕੌਮ ਦੇ ਬਣਾ ਦੇ ਵਿੱਚ ਬਹੁਤ ਵੱਡਾ ਸਤਿਕਾਰ ਹੈ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਤਾਬਦੀ ਜਿਹੜੀ ਬਿਹਾਰ ਦੇ ਵਿੱਚ ਪਟਨਾ ਸਾਹਿਬ ਵਿਖੇ ਮਨਾਈ ਹੈ ਔਰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ, ਬੜੀ ਸ਼ਾਨਦਾਰ ਸ਼ਰਧਾ ਸਤਿਕਾਰ ਦੇ ਨਾਲ ਉਹ ਸ਼ਤਾਬਦੀ ਜਿਹੜੀ ਮਨਾਈ ਸੀ। ਉਸ ਕਰਕੇ ਸਾਰੇ ਸਿੱਖਾਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਵਧੀਆ ਥਾਂ ਜਿਹੜੀ ਹੈ ਨਿਤੀਸ਼ ਕੁਮਾਰ ਨੇ ਬਣਾਈ ਹੈ। ਮੈਂ ਦੇਖਿਆ ਕਿ ਉਹਨਾਂ ਦੇ ਮਨ ਦੇ ਵਿੱਚ ਬੜੀ ਸ਼ਰਧਾ ਵੀ ਹੈ। ਅੱਜ ਵੀ ਜਦੋਂ ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਿਆ, ਉਸ ਤੋਂ ਬਾਅਦ ਉਹਨੇ ਬੀ ਨਦੀ ਦੇ ਵੀ ਕਹਿੰਦੇ ਸੀ ਦਰਸ਼ਨ ਕਰਨੇ, ਉੱਥੇ ਵੀ ਉਹ ਗਏ ਨੇ। ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਪਿਰਾਮਿਡ ਈ ਸਰਵਿਸਿਜ਼ ਨਾਲ ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।